ਅਸਲਾਮੁਆਲੇਕਮ ਗਾਇਸ ਇਟਸ ਮੇ 22 ਯਾਰ ਕੁਝ ਦਿਨ ਪਹਿਲਾਂ ਮੇਰੀ ਆਈਡੀ ਬੈਨ ਹੋ ਗਈ ਸੀ ਤਾਂ ਮੈਂ 10 15 ਦਿਨ ਆਫਲਾਈਨ ਰਹਾ ਤੇ ਹੁਣ ਮੈਂ ਆਇਆ ਤੇ ਦੇਖਿਆ ਕਿ ਗਿਲਡ ਚ ਬੰਦੇ ਘਟ ਗਏ ਆ 10 ਬੰਦੇ ਹੀ ਨਿਕਲ ਗਏ ਗਿਲਡ ਚ 10 ਬੰਦੇ ਚਾਹੀਦੇ ਆ ਗਿਲਡ ਲਈ ਅਗਰ ਜ਼ਿਆਦਾ ਵੀ ਹੋ ਜਾਂਦੇ ਕੋਈ ਮਸਲਾ ਨਹੀਂ ਮੈਂ ਗਿਲਡ ਦੀ ਸਪੇਸ ਵੜਾ ਲਾਂਗਾ ਬਾਕੀ ਕੰਡੀਸ਼ਨ ਦੀ ਗੱਲ ਕਰਾਂ ਤੇ ਸਭ ਤੋਂ ਪਹਿਲੇ ਮੇਰੇ ਸਹੀ ਤੇ ਕਾਦਿਆ ਨਹੀਂ ਇਹ ਬੰਦੇ ਮੇਰੇ ਲਾਗੇ ਨਾ ਲੱਗਣ ਇਹਨਾਂ ਤੋਂ ਮੈਨੂੰ ਸਖਤ ਨਫ਼ਰਤ ਹੈ ਦੂਸਰੀ ਗੱਲ 50 ਮਿਨੀਮਮ ਮਿਨੀਮਮ 50 ਲੈਵਲ ਤੇ ਹੋਣੀ ਚਾਹੀਦਾ ਤੀਸਰੀ ਗੱਲ ਕਿ ਬੰਦੇ ਥੋੜੇ ਸ਼ੌਅਰ ਵਾਲੇ ਹੋਣੇ ਚਾਹੀਦੇ ਜਿਨ੍ਹਾਂ ਨੂੰ ਪਤਾ ਹੋ ਗਿਆ ਕਿ ਡੌਗ ਟੈਗ ਕੀ ਹੁੰਦੇ ਆ ਕੋਈ ਚਾਹੁੰਦਾ ਹੈ ਬੰਦੇ ਉਹਨਾਂ ਨੂੰ ਪਤਾ ਹੀ ਹੁੰਦਾ ਕੀ ਕਰਨਾ ਕੀ ਨਹੀਂ ਕਰਨਾ ਤੇ ਬਸ ਇੰਨਾ ਹੀ ਹੋਰਨੇ ਹੈ ਅਗਰ ਅਗਰ ਪੰਜਾਬੀ ਬੰਦੇ ਲੱਭ ਜਾਣ ਥੋੜੇ ਫਨੀ ਲੱਭ ਜਾਣ ਤਾਂ ਕੀ ਆਈ ਬਾਤ ਹੈ ਫਿਰ ਤੇ ਉਹਨਾਂ ਨਾਲ ਵੀਡੀਓ ਵੀ ਬਣਾ ਲਾਂਗਾ ਮੈਂ ਕਿਉਂਕਿ ਮੈਨੂੰ ਫਨੀ ਕੰਟੈਂਟ ਬਣਾਉਣ ਚ ਜ਼ਿਆਦਾ ਮਜ਼ਾ ਆਉਂਦਾ ਹੈ ਬਾਕੀ ਜਿਹੜੇ ਨੇਮ ਚੇਂਜ ਦੀ ਗੱਲ ਤੇ ਨੇਮ ਚੇਂਜ ਮੈਂ ਫਿਲਹਾਲ ਨਹੀਂ ਕਰਵਾਉਂਦਾ ਕਿਉਂਕਿ 1-2 ਹਫ਼ਤੇ ਦੇਖਾਂਗਾ ਜਿਹੜੇ ਜਿਹੜੇ ਬੰਦੇ ਪਰਮਾਨੈਂਟ ਰਹਿਣਾ ਉਹਨਾਂ ਦਾ ਸਿਰਫ ਨੇਮ ਚੇਂਜ ਕਰਵਾਵਾਂਗਾ ਕਿਉਂਕਿ ਕੁਝ ਕਾਲੀਆਂ ਬੇੜਾ ਹੁੰਦੀਆਂ ਨੇ ਜਿਹੜੀਆਂ ਸਿਰਫ ਚਸਕੇ ਲੈਣ ਆਂਦੀਆਂ ਗिल्ਡ 'ਚ ਉਹ ਬੇੜਾ ਕੱਢ ਕੇ ਤੇ ਫਿਰ ਨੇਮ ਚੇਂਜ ਕਰਵਾਵਾਂਗਾ ਔਰ ਮੈਂ ਉਹਨ ਸੈਕੰਡ ਆਈਡੀ ਤੇ ਖੇਡ ਰਿਹਾ ਤੁਸੀਂ ਕਹਿੰਦੇ ਉਹਨੇ ਗਾਈਡਿੰਗ ਨਵੀਂ ਲੈ ਰਿਆ ਆਈਡੀ ਮੈਂ ਨਵੀਂ ਲੈਂਦੇ ਲੈਂਦੇ ਡੀਲਰ ਕੋ ਸਕੈਮ ਕਰਵਾ ਲਿਆ ਉਸ ਡੀਲਰ ਨੂੰ ਸ਼ਾਇਦ ਤੁਸੀਂ ਵੀ ਜਾਣਦੇ ਹੋ ਉਹ 3-4 WhatsApp ਗਰੁੱਪ ਵੀ ਚਲਾਉਂਦਾ ਹੈ ਸ਼ਾਇਦ ਤੁਹਾਡੇ ਚ ਵੀ ਕੋਈ ਬੰਦਾ ਉਸ ਗਰੁੱਪ ਤੇ ਵਿੱਚ ਸ਼ਾਮਲ ਹੋਵੇ Facebook ਤੇ ਗਰੁੱਪ ਵੀ ਚਲਾਉਂਦਾ ਹੈ ਮੇਰੇ ਕੋਲ ਦੀ ਸਾਰੀ ਚੈਟਿੰਗ ਵੀ ਪਈ ਹੈ ਜੋ ਮੇਰੇ ਨਾਲ ਕੀਤੀ ਹੈ ਸਾਰਾ ਸਾਰੇ ਪ੍ਰੂਫ ਹੈਗੇ ਨੇ ਮੇਰੇ ਕੋਲ ਅਗਰ ਤੁਸੀਂ ਕਹੋਗੇ ਤਾਂ ਮੈਂ ਐਕਸਪੋਜ਼ ਵੀ ਕਰਦਾਗਾ ਨੈਕਸਟ ਵੀਡੀਓ ਚ ਉਹਨੂੰ ਬਾਕੀ ਉਹਨਾਂ ਇਤਮਾਦ ਹੀ ਉੱਠ ਗਿਆ ਦੁਨੀਆ ਤੋਂ ਇਸ ਲਈ ਮੈਂ ਸੈਕੰਡ ਆਈਡੀ ਤੋਂ ਖੇਡ ਰਿਹਾ ਵਾਕੀ ਫਿਰ ਵੀ ਅਗਰ ਕਿਸੇ ਨੇ ਆਈਡੀ ਸੇਲ ਕਰਨੀ ਹੋਈ ਨਾ ਤਾਂ ਮੈਂ ਉਹਦੇ ਨਾਲ ਫੇਸ ਟੂ ਫੇਸ ਡੀਲ ਕਰ ਲਵਾਂਗਾ ਅਗਰ ਕੋਈ ਲਾਹੌਰ, ਸ਼ੇਖਪੁਰ, ਅਮਰੀਦ ਜਾਂ ਦੇ ਕੋਈ ਕਰੀਬ ਦੇ ਇਲਾਕੇ ਦਾ ਬੰਦਾ ਹੈਗਾ ਤਾਂ ਮੈਨਾਂ ਰਾਬਤਾ ਕਰ ਲਿਓ ਤੇ ਨਮਾ ਫੇਸ ਟੂ ਫੇਸ ਡੀਲ ਕਰਾਂਗਾ